ਪਿਆਰੇ ਵਿਦਿਆਰਥੀ ਸਾਥਿਓ ਕੱਲ ਮਿਤੀ 5 ਮਈ 2023 ਤੋਂ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਸਟੈਨੋ ਟਾਈਪਿਸਟ ਦੀ ਅਸਾਮੀ ਲਈ ਸ਼ਾਰਟ ਹੈਂਡ ਦਾ ਟੈਸਟ ਲਿਆ ਜਾਣਾ ਸ਼ੁਰੂ ਕੀਤਾ ਜਾ ਰਿਹਾ ਹੈ ਕੱਲ ਨੂੰ ਟੈਸਟ ਦਾ ਪਹਿਲਾ ਦਿਨ ਹੈ ਆਪਾਂ ਸਾਰਿਆਂ ਨੂੰ ਹੀ ਟੈਸਟ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ ਕਿਉਂਕਿ ਤੁਸੀਂ ਸਾਰਿਆਂ ਨੇ ਡਟ ਕੇ ਇਸ ਟੈਸਟ ਲਈ ਬਹੁਤ ਤਿਆਰੀ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਹੈ ਇਸ ਲਈ ਸਾਰਿਆਂ ਨੇ ਟੈਸਟ ਵਾਸਤੇ ਜਾਣ ਵੇਲੇ ਬਹੁਤ ਹੀ ਆਤਮ ਵਿਸ਼ਵਾਸ ਦ੍ਰਿੜੇ ਇਰਾਦੇ ਤੇ ਹੌਸਲਾ ਰੱਖਣਾ ਕਿਸੇ ਨੇ ਵੀ ਬਿਲਕੁਲ ਵੀ ਘਬਰਾਉਣਾ ਨਹੀਂ ਹੈ ਦਿਲ ਦਿਮਾਗ ਤੇ ਕੋਈ ਭਾਰ ਲੈ ਕੇ ਟੈਸਟ ਵਿੱਚ ਨਹੀਂ ਜਾਣਾ ਬਿਲਕੁਲ ਆਰਾਮ ਨਾਲ ਰਿਲੈਕਸ ਹੋ ਕੇ ਟੈਸਟ ਕਰਨਾ ਹੈ ਕੋਈ ਵੀ ਨਕਾਰਾਤਮਕ ਵਿਚਾਰ ਆਪਣੇ ਮਨ ਚ ਜਾਂ ਖਿਆਲ ਚ ਨਹੀਂ ਲੈ ਕੇ ਆਉਣਾ ਕਿਉਂਕਿ ਅੱਗੇ ਬੋਰਡ ਵੱਲੋਂ ਵੀ ਆਪਦੇ ਟੈਸਟ ਵਾਸਤੇ ਪ੍ਰਬੰਧ ਕੀਤੇ ਗਏ ਹਨ ਤਾਂ ਆਪਦਾ ਟੈਸਟ ਵਧੀਆ ਹੋਵੇਗਾ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਕੀਤੀ ਹੋਈ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਅਖੀਰ ਤੁਹਾਨੂੰ ਸਾਰਿਆਂ ਨੂੰ ਟੈਸਟ ਲਈ ਹਾਰਦਿਕ ਸ਼ੁਭਕਾਮਨਾਵਾਂ ਬੈਸਟ ਆਫ ਲੱਕ ਟੂ 올 ਆਫ ਯੂ